ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਬਾਈ ਜੀ, ਇੱਕ ਨਵਾਂ ਸ਼ੌਂਕ ਤੁਹਾਨੂੰ ਕਰਾਉਂਦੇ ਹਾਂ। ਅੱਜ ਪਿੰਡ ਪਹੁੰਚਿਆ ਰਾਏਪੁਰ ਅਮਲੋਹ ਦੇ ਲਾਗੇ ਖੰਨੇ ਦਾ ਏਰੀਆ, ਅਤੇ ਬਾਈ ਹੁਣੀ ਹੈਪੀ ਵੀਰ ਸੈਂਟਰ 'ਚ ਖੜ੍ਹੇ ਨੇ, ਅਤੇ ਨਾਲ ਲੋਪੂ ਵਾਲੇ ਵੀਰ ਨੇ, ਅਤੇ ਨਾਲੇ ਪਿੰਡ ਦੇ ਵੀਰ ਸੱਜਣ ਇੱਕ ਹੋਰ ਨੇ ਨਾਲ ਨੀਲੀ ਟੀ ਸ਼ਰਟ ਵਾਲੇ। ਅਤੇ ਸ਼ੌਂਕ ਕਰਾਉਂਦੇ ਬਾਈ ਦੇ ਕਬੂਤਰਾਂ ਦਾ, ਕਬੂਤਰ ਬੜੇ ਬੜੇ ਵਧੀਆ ਆਪਾਂ ਉਰੇ ਲਗਾਇਆ ਹੂਟਰ ਸਿਸਟਮ, ਅਤੇ ਇਹ ਨੇ ਬਾਈ ਦੇ ਖੁੱਡੇ ਜੀ। ਬਹੁਤ ਵਧੀਆ ਜਾਲ ਵੀ ਲਾਇਆ ਹੋਇਆ ਆ ਖੁੱਡਿਆਂ ਦੇ ਅੰਦਰ, ਕਬੂਤਰ ਨੇ ਛਤਰੀਆਂ ਜਿਹੜੀਆਂ ਪੀਲੇ ਰੰਗ ਦੀਆਂ ਲਾਈਆਂ ਹੋਈਆਂ ਨੇ, ਅਤੇ ਬਹੁਤ ਵਧੀਆ ਸਿਸਟਮ। ਬਾਈ ਜੀ ਕੀ ਹਾਲ ਹੈ ਜੀ? ਕਿੰਨੀ ਕੁ ਦੇਰ ਹੋ ਗਈ ਕਬੂਤਰ ਰੱਖਿਆਂ ਨੂੰ? ਬਾਈ ਮੈਂ 2012 ਤੋਂ ਰੱਖੇ ਨੇ ਵੀਰੇ। 2012 ਦੇ? ਠੀਕ ਆ ਠੀਕ ਆ। ਅਤੇ ਆਪਣਾ ਉਸਤਾਦ ਕੌਣ ਹੈ ਜੀ? ਮੇਰਾ ਬਿੰਦਰ ਆ ਬਾਈ, ਕਿੰਗਰਿਆਂ ਵਾਲਾ। ਉਸਤਾਦ ਬਿੰਦਰ ਕਿੰਗਰਿਆਂ ਵਾਲੇ ਜੀ, ਬਾਈ ਹੁਣਾਂ ਦੇ ਉਸਤਾਦ ਨੇ। ਅਤੇ ਕਬੂਤਰ? ਬਾਈ ਵਾਲੇ ਕਬੂਤਰ ਨੇ ਵਿੱਚ ਜੀ, ਆਪਣੇ ਮੁੱਲ ਮੁੱਲ ਰਹੇ ਕਬੂਤਰ ਨੇ। ਠੀਕ ਆ ਠੀਕ ਆ। ਅਤੇ ਬਾਜ਼ੀਆਂ ਛੱਡਦੇ ਨੂੰ ਕਿੰਨੀ ਦੇਰ ਹੋ ਗਈ ਆ? ਬਹੁਤ ਵਧੀਆ ਵਧੀਆ ਪਰਿੰਦੇ ਨੇ। ਇੱਕ ਲਾਲ ਚੀਨਿਆਂ ਦਾ ਜੋੜਾ ਕਬੂਤਰ ਦੇਖੋ ਬਾਈ, ਬਹੁਤ ਵਧੀਆ ਨਸਲ ਦੇ ਬੱਚਾ ਕੱਢਿਆ ਹੋਇਆ ਜੀ ਇਹਨਾਂ ਨੇ। ਪੰਜਾਬ ਦੇ ਵਿੱਚ ਜਿਹੜਾ ਸ਼ੌਂਕ ਹੈਗਾ ਆ ਇਸ ਟਾਈਮ ਅਸਮਾਨ ਨੂੰ ਛੂਹ ਰਿਹਾ ਕਬੂਤਰਬਾਜ਼ੀ ਦਾ, ਇਨਾਮ ਵੀ ਵੱਡੇ ਨੇ ਜੀ। ਇੱਕ ਜੋੜ ਇਹ ਹੈ ਜੀ, ਇਹਦਾ ਵੀ ਕਰੋ ਸ਼ੌਂਕ। ਇਹ ਬਾਈ ਜੀ ਇੱਕ ਖੁੱਡਾ, ਬਾਈ ਹੁਣ ਨੇ ਬਹੁਤ ਵੱਡੇ ਖੁੱਡੇ ਵੀ ਬਣਾਏ ਨੇ, ਅਤੇ ਇਹ ਦੇਖੋ ਜੀ ਖਾਨੇ ਵੀ ਬਹੁਤ ਵਧੀਆ ਬਣਾਏ ਹੋਏ ਨੇ, ਅਤੇ ਇਹਦੇ ਵਿੱਚ ਵੀ ਇੱਕ ਜੋੜ ਛੱਡਿਆ ਹੋਇਆ ਲਾਲ ਚੀਨਾ। ਲਾਲ ਚੀਨੀ ਕਬੂਤਰ ਹੀ ਹੈ ਬਾਈ ਇਹ, ਅਤੇ ਇਹ ਖੱਟੀਆਂ ਦਾ ਚਿੱਟਾ ਕਬੂਤਰ ਰਾਜਣ ਵਾਲਿਆਂ 'ਚੋਂ ਜੀ। ਇਹ ਬਾਈ ਲੱਲੂਆਂ ਨੇ ਉਸਤਾਦ ਸਰਪੰਚ ਧੀਰਾ ਸਰਪੰਚ ਜੀ ਉਹਨਾਂ ਦੇ ਘਰੋਂ ਆਇਆ ਹੋਇਆ ਜੀ, ਜਾਦੀ ਵੀਰ ਆਪਣੇ ਮਾਨਸਾ ਵਾਲੇ। ਅਤੇ ਬਾਈ ਇੱਕ ਚੀਜ਼ ਦੱਸਦੀ ਹੈ, ਰਮਣਾ ਬਾਈ ਜਗਰਾਵਾਂ ਦੀ ਵੱਡੀ ਸਪੋਰਟ ਆ ਬਾਈ ਹੁਣਾਂ ਨੂੰ, ਪੂਰਾ ਪਿਆਰ ਆ ਬਾਈ ਰਮਣੇ ਦੇ ਨਾਲ। ਅਤੇ ਇਹ ਲਓ ਜੀ ਖੁੱਡਿਆਂ ਦੀ ਸਫਾਈ ਵੀ ਪੂਰੀ ਆ, ਥੱਲੇ ਕੱਕਾ ਰੇਤਾ ਪਾਇਆ ਹੋਇਆ ਜਿਵੇਂ ਕਿ ਦੱਸੀ ਆ ਕਿ ਰੇਤਾ ਦੇ ਕਾਰਨ ਜਿਹੜਾ ਹੈਗਾ ਆ ਕਬੂਤਰਾਂ ਦੇ ਜਿਹੜੇ ਆ ਪੈਰ ਖਰਾਬ ਨਹੀਂ ਹੁੰਦੇ। ਅਤੇ ਸ਼ੌਂਕ ਕਰੋ ਵੀਰ ਦੇ ਕਬੂਤਰਾਂ ਦਾ, ਕਿੱਦਾਂ ਦੇ ਲੱਗੇ ਆ ਇਹ ਵੀ ਨਾਲ ਦੱਸਣਾ ਆ ਜੀ। ਅਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਸ਼ੌਂਕ ਕਰਾਉਂਦੇ ਹਾਂ ਅੱਜ ਉਸਤਾਦ ਬਿੰਦਰ ਕਿੰਗਰਿਆਂ ਵਾਲੇ ਦੇ ਚੇਲੇ ਹੈਪੀ ਰਾਏਪੁਰ ਦੇ ਕਬੂਤਰ, ਇੱਕ ਤੋਂ ਇੱਕ ਕਬੂਤਰ ਨੇ ਬਹੁਤ ਬਹੁਤ ਵਧੀਆ ਨਸਲਾਂ ਦੇ ਪੂਰੇ ਪੰਜਾਬ ਦੇ ਵਿੱਚੋਂ ਵਧੀਆ ਬਰੀਡਾਂ ਇਕੱਠੀਆਂ ਕੀਤੀਆਂ ਨੇ। ਇਹ ਲਓ ਜੀ ਦੇਖੋ ਨਸਲਾਂ ਬਾਈ ਜੀ ਕਬੂਤਰਾਂ ਦੀਆਂ, ਇਹ ਨਰ ਨੇ ਇਹ ਲਗਭਗ ਜਿਹੜੇ ਤੁਸੀਂ ਦੇਖ ਰਹੇ ਹੋ ਨਾਰੀ ਨੇ ਜੀ। ਚੰਗੇ ਖਿਡਾਰੀਆਂ ਦੇ ਚੇਲੇ ਵੀ ਜਿਹੜੇ ਹੈਗੇ ਚੰਗਾ ਨਾਮ ਹੀ ਕਮਾਉਂਦੇ ਆ, ਅਤੇ ਵਧੀਆ ਨਸਲਾਂ ਵੀ ਨੇ ਇਕੱਠੀਆਂ ਕੀਤੀਆਂ ਨੇ, ਤੋਹਫੇ ਇਕੱਠੇ ਕੀਤੇ ਨੇ ਜੀ। ਇੱਕ ਚੀਜ਼ ਦੱਸਦੀ ਹੈ ਜੀ, ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਹੈ, ਸੇਲ ਨਹੀਂ ਹੈਗੇ। ਔਰ ਹਮਾਰੇ ਜੋ ਯੂਪੀ ਹਰਿਆਣੇ ਵਾਲੇ ਭਾਈ ਆ ਜੋ ਪੰਜਾਬੀ ਨਹੀਂ ਸਮਝ ਪਾਤੇ, ਉਨਕੋ ਬਤਾ ਦੇ ਕਿ ਜੇ ਕਬੂਤਰ ਬਾਈ ਆਪਕੇ ਓਨਲੀ ਸ਼ੌਂਕ ਕੇ ਲੀਏ ਹੈ, ਜੇ ਸੇਲ ਨਹੀਂ ਹੈ। ਵੀਡੀਓ ਕੋ ਪੂਰਾ ਦੇਖ ਲਿਆ ਕਰੋ, ਬਾਅਦ ਮੇਂ ਫੋਨ ਕੀਆ ਕਰੋ, ਸਾਥ ਮੇਂ ਆਪ ਸੇਲ ਹੈ ਭਾਈ ਜਾਂ ਕਮੈਂਟ ਡਾਲਨੇ ਲਗਤੇ ਹੋ, ਜੇ ਓਨਲੀ ਸ਼ੌਂਕ ਕੇ ਲੀਏ ਹੈ। ਉਸਤਾਦ ਬਿੰਦਰ ਕਿੰਗਰਿਆਂ ਵਾਲੇ ਜੀ ਦੇ ਸ਼ਗਿਰਦ ਹੈਪੀ ਰਾਏਪੁਰ ਦੇ ਕਬੂਤਰ ਨੇ ਜੋ ਤੁਸੀਂ ਦੇਖ ਰਹੇ ਹੋ, ਅਤੇ ਰਮਨ ਬਾਈ ਜਗਰਾਵਾਂ ਦੀ ਵੱਡੀ ਸਪੋਰਟ ਆ। ਕਿੱਥੋਂ ਕਿੱਥੋਂ ਬਾਈ ਹੁਣੀ ਕਬੂਤਰ ਲੈ ਕੇ ਆਏ ਨੇ ਉਹ ਵੀ ਅੱਜ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਜੀ। ਅਤੇ ਸ਼ੌਂਕ ਕਰਾਉਂਦੇ ਹਾਂ ਕਬੂਤਰਾਂ ਦਾ, ਇਹ ਜਿਹੜੇ ਤੁਸੀਂ ਨਰ ਨੇ ਬਾਈ ਦੇ ਇਸ ਟਾਈਮ ਜੋੜੀਆਂ ਤੋੜੀਆਂ ਹੋਈਆਂ ਨੇ ਉਹਨਾਂ ਦਾ ਸ਼ੌਂਕ ਕਰ ਰਹੇ ਹੋ। ਬਾਈ ਇਹਨਾਂ ਵਿੱਚ ਵੀ ਕੋਈ ਬਾਜ਼ੀਆਂ ਛੱਡਿਆ ਕਬੂਤਰ ਹੈਗਾ? ਕਿਹੜਾ ਹੈ ਜੀ ਦਿਖਾਓ ਜ਼ਰਾ ਫੜ ਕੇ।
ਇਹ ਹੈ ਜੀ ਬਾਈ ਨੇ ਇੱਕ ਫੜਿਆ ਨਰ ਇਹ ਬਾਈ ਬੰਬੂ ਘਾਟ ਅੱਛਾ ਇਹਦਾ ਨਾਂ ਪਾਈ ਹੈ ਬੰਬੂ ਘਾਟ ਹਾਂ ਬਾਈ ਇਹਦਾ ਨਾਂ ਹੈ ਬੰਬੂ ਘਾਟ ਕਾਲੀਆਂ ਅੱਖਾਂ ਦਾ ਕਬੂਤਰ ਹੈ ਜੀ ਇਹ ਵੀਰੇ ਲੋਕਡਾਊਨ ਚੁੱਟਿਆ ਸੀ ਭਗਨਪੁਰੇ 35 ਕਬੂਤਰ ਉੱਡੇ ਸੀਗੇ ਠੀਕ ਹੈ ਜੀ ਤੇ ਆਪਣਾ 45 ਵਾਲੀ ਮਿੰਟ ਬਾਅਦ ਉੱਡੇ ਸਾਰੇ ਕਬੂਤਰਾਂ ਨਾਲ ਸਹੀ ਹੈ ਸਹੀ ਹੈ ਮੁੰਡਾ ਪ੍ਰੀਤਾ ਲਹਾਰੀ ਵਾਲਾ ਤੇ ਉਹਨੇ ਇਹਨਾਂ ਦਾ ਨਾਂ ਰੱਖਤਾ ਸੀ ਬੰਬੂ ਘਾਟ ਬੰਬੂ ਘਾਟ ਹਾਂ ਤੇ ਕਿਉਂਕਿ ਪੁਣੀ ਜਣੀ ਜੀ ਕਰਦਾ ਸੀਗਾ ਉੱਡਿਆ ਬੜਾ ਜ਼ਿਆਦਾ ਬਾਈ ਇਹ ਆਪਣੇ ਉਸਤਾਦ ਵਾਲੇ ਕਬੂਤਰ ਨੇ ਬਾਈ ਬਿੰਦਰ ਕਿੰਗਰਿਆਂ ਵਾਲੇ ਉਸਤਾਦ ਜੀ ਦੇ ਕਬੂਤਰਾਂ ਜੋ ਇਹ ਕਬੂਤਰ ਆ ਸ਼ਾਹ ਆਖਾ ਜੀ ਜਿਹੜੇ ਟੇਲੇ ਵਾਲੇ ਕਬੂਤਰ ਕਹਿ ਦਿੰਦੇ ਨੇ ਬਾਈ ਇਹ ਬੰਬੂ ਘਾਟ ਕਬੂਤਰ ਆ ਜੀ ਹਾਂਜੀ ਤੇ ਇਹ ਬਹੁਤ ਸੋਹਣਾ ਉੱਡਿਆ ਬਾਈ ਇਹਨੇ ਲੋਕਡਾਊਨ 'ਚ ਸਹੀ ਹੈ ਜੀ ਇੱਕ ਬਾਈ ਉਹਨਾਂ ਨੇ ਲਾਲ ਚੀਨਾ ਫੜਿਆ ਨਾਲ ਇਹ ਬਾਈ ਆਪਣੇ ਕੋਲ ਡੱਬੀ ਆ ਕਬੂਤਰੀ ਜਿਹਦੀ ਆਪਣੇ ਕੋਲ ਸਾਰੀ ਬਲੱਡ ਲੈਣ ਸਹੀ ਆ ਤੇ ਇਹ ਉਹਦਾ ਪੁੱਤ ਆ ਇਹ ਮਿੱਟੂ ਮਾਰਨ ਵਾਲੇ ਭਗਿਆੜ ਕਬੂਤਰ ਹੋਏ ਨੇ ਸਹੀ ਉਹਨਾਂ 'ਚ ਮਿਕਸ ਕਰੇ ਹੋਏ ਨੇ ਕਬੂਤਰ ਪਰ ਵਧੀਆ ਤਰੀਕੇ ਨਾਲ ਦਿਖਾਓ ਖੋਲ ਕੇ ਇਹ ਦੇਖੋ ਜੀ ਬਹੁਤ ਹੀ ਸੋਹਣੇ ਪਰਨੇ ਇਹਨਾਂ ਦੇ ਤਲੀਆਂ ਝਾੜੀਆਂ ਹੋਈਆਂ ਨਵੇਂ ਆ ਰਹੇ ਨੇ ਜੀ ਇਹ ਵੀਰੇ ਚੋਲ ਟੇ ਉੱਡਿਆ ਸੀਗਾ ਇਹਨਾਂ ਦੇ ਪੰਜੇ ਵੀ ਇੱਦਾਂ ਦਿਖਾਓ ਪਿੱਛੋਂ ਜਿੱਦਾਂ ਫੜੇ ਹੋਏ ਨਾ ਉੱਦਾਂ ਹੀ ਦਿਖਾਉਣੇ ਪੰਜੇ ਸਹੀ ਹੈ ਜੀ ਕਿਉਂਕਿ ਕੁਝ ਖਿਡਾਰੀਆਂ ਦੀ ਜਿਹੜੀ ਮੰਗ ਹੁੰਦੀ ਆ ਕਹਿੰਦੇ ਕਿ ਪੰਜੇ ਜ਼ਰੂਰ ਦਿਖਾਇਆ ਕਰੋ ਅੱਖ ਦਿਖਾਇਆ ਕਰੋ ਅਤੇ ਪਰ ਦਿਖਾਇਆ ਕਰੋ ਬਹੁਤ ਵਧੀਆ ਵਧੀਆ ਜੀ ਇਹ ਵੀਰੇ ਚੋਲਟੇ ਜਿੱਤਿਆ ਸੀ ਆਪਣਾ 109 ਕਬੂਤਰ ਸੀਗਾ ਉਦੋਂ ਹਾਂਜੀ 12 ਦਿਨਾਂ ਕਬੂਤਰਾਂ ਟਾਈਮ ਕਰਤਾ ਸੀਗਾ ਰਾਤ ਨੂੰ 9 ਵਜੇ ਬੈਠਿਆ ਸੀ ਉਦੋਂ ਸਹੀ ਹੈ ਜੀ ਆਹ ਵੀਰੇ ਆਹ ਸੀਜ਼ਨ ਉੱਡਿਆ ਆਪਣਾ ਇਹ ਆ ਕੀ ਆਪਣਾ ਪੇਟੀ ਡੰਡੇ ਵਾਲਾ ਕਬੂਤਰ ਸੀਗਾ ਇਹ ਸੇਰੇ ਦਾ ਸਵਾਹ ਰੰਗ ਆ ਹਾਂ ਸਵਾਹ ਰੰਗ ਹੈ ਜੀ ਵੀਰੇ ਸਹੀ ਹੈ ਚਿੱਟੀਆਂ ਅੱਖਾਂ ਹੈ ਹਾਂ ਇਹ ਬਾਈ ਆਪਣੇ ਘਰ ਦੇ ਕਬੂਤਰ ਸੀਗੇ ਇਹ ਦੇਖੋ ਨਾਰਾ ਆਇਆ ਸੀਗਾ ਮੁੰਡਾ ਚੜੀ ਤੋਂ ਦੀਪੂ ਠੀਕ ਹੈ ਜੀ ਉਹਦੇ ਘਰੋਂ ਆਇਆ ਸੀਗਾ ਵੀਰੇ ਨਾਰਾ ਸਹੀ ਹੈ ਜੀ ਇਹ ਐਤਕੀ ਆਪਾਂ 3 ਵਜੇ ਛੱਡਿਆ 2 ਜਿੱਤੇ ਆ ਬਾਈ ਪਹਿਲੀ ਵਾਰ ਇਹਨੇ 1.5 ਘੰਟੇ ਦੀ ਵਿੱਥ ਪਾਈ ਸਾਰੇ ਕਬੂਤਰਾਂ ਨੂੰ ਬਾਈ 46 ਕਬੂਤਰ ਸੀਗੇ ਸਹੀ ਆ ਕੁੰਬੜੇ ਦੀ ਧਰਤੀ ਤੇ ਬਹੁਤ ਉੱਡਿਆ ਸੀਗਾ ਮੁੜ ਕੇ ਰੰਗੇੜੇ ਜਿੱਤੇ ਆ ਬਾਈ ਇਹ ਉਦੋਂ ਵੀ ਚਾਰਾਂ 'ਚ ਵੰਡ ਲਈ ਸੀ ਅਸੀਂ ਅਤੇ ਬਹੁਤ ਸੋਹਣਾ ਉੱਡਿਆ ਕਬੂਤਰ ਉਦੋਂ ਵੀ ਇਹ ਪੰਜੇ ਵੀ ਦਿਖਾਓ ਜੀ ਇਹਦੇ ਇਹ ਕਬੂਤਰ ਦੇ ਪੰਜੇ ਨੇ ਜੀ ਕਬੂਤਰ ਦਾ ਵਜੂਦ ਹਰ ਚੀਜ਼ ਜਿਹੜੀ ਤੁਹਾਨੂੰ ਦਿਖਾਵਾਂਗੇ ਵਧੀਆ ਤਰੀਕੇ ਦੇ ਨਾਲ ਜੀ ਬਾਈ ਤੁਹਾਨੂੰ ਆਪਣੇ ਇਹ ਹੈ ਜੀ ਕਬੂਤਰ 2 ਬਾਜੀਆਂ ਜਿੱਤੂ ਜੀ ਪਿਓਰ ਟੈਲੇ ਵਾਲੇ ਕਬੂਤਰ ਨੇ ਟੈਲੇ ਕਿੰਗਰਿਆਂ ਵਾਲਾ ਇਹ ਉਹਦੇ ਹੱਥੀ ਬਾਪੂ ਨੇ ਸਾਨੂੰ ਦਿੱਤਾ ਸੀਗਾ ਕਬੂਤਰ ਬੱਚਾ ਹੁੰਦਾ ਦਿੱਤਾ ਸੀਗਾ ਠੀਕ ਹੈ ਜੀ ਤੇ ਇਹਦੀ ਲਾਲ ਬਹੁਤ ਜ਼ਿਆਦਾ ਉੱਡਦੀ ਆ ਸਿਰ ਚਪਟਾ ਇਹਦਾ ਬਸ ਇਹਨਾਂ ਦੀ ਇਹੀ ਨਿਸ਼ਾਨੀ ਆ ਵੀਰੇ ਜਦੋਂ ਇਹ ਫੜ ਲੈਂਦੇ ਹੱਥ 'ਚ ਨਾ ਗਰਦ ਨਹੀਂ ਬਾਹਰ ਕੱਢਦੇ ਕਬੂਤਰ ਅੱਛਾ ਆਈ ਬਾਈ ਰੱਖਣਗੇ ਹੋਰ ਕਬੂਤਰਾਂ ਵਾਂਗੂ ਆਇਆ ਧੋਣ ਨਹੀਂ ਤਾਂ ਚੱਕਦੇ ਆਏ ਆਪ ਨੀਚੇ ਰੱਖਣਗੇ ਵਾਲੇ ਨਹੀਂ ਬਾਹਰ ਸਹੀ ਆ ਹਾਂ ਤੇ ਬੱਚੇ ਇਹਦੇ ਚੰਗੇ ਉੱਡਦੇ ਆ ਵਾਲੇ ਚੰਗੀ ਲਾਤ ਉੱਡਦੀ ਆ ਬਾਈ ਇਹਨਾਂ ਦੀ ਇਹਨਾਂ ਲੱਪਾ ਹੁੰਦਾ ਇਹ ਛਾਤੀ 'ਚ ਲੌਂਗ ਹੁੰਦੇ ਨੇ ਵੀਰੇ ਆ ਦੇਖੋ ਸਹੀ ਹੈ ਸਹੀ ਹੈ ਇਹ ਜਮਾਂ ਪਿਓਰ ਆ ਉਹਦੇ ਹੱਥੀਂ ਦਿੱਤਾ ਇਹਦੀ ਲਾਤ ਬਹੁਤ ਆ ਨੋਕ ਕਰ ਜਾਂਦੇ ਨੇ ਬਾਈ ਦੂਏ ਸਾਲ ਜਾ ਕੇ ਬਦਲ ਜਾਂਦੇ ਨੇ ਕਬੂਤਰ ਨੋਕਾਂ ਬਦਲ ਜਾਂਦੇ ਆ ਅੱਖਾਂ ਵੀ ਬਦਲਦੇ ਆ ਨੋਕਾਂ ਵੀ ਬਦਲ ਜਾਂਦੇ ਆ ਇਹ ਮੁੰਡਾ ਜੀ ਆਪਣਾ ਭਰਾ ਇਹ ਹਰਪ੍ਰੀਤ ਦਾ ਮੁੰਡਾ ਰਣਜੀਤਗੜ੍ਹ ਤੋਂ ਠੀਕ ਹੈ ਜੀ ਇਹ ਉਹਦੇ ਘਰੇ ਆਇਆ ਬਾਈ ਕਬੂਤਰ ਇਹ 4 ਵਜੇ ਜਿੱਤੂ ਆ ਕਬੂਤਰ ਚਿੱਟੀਆਂ ਅੱਖਾਂ ਦਾ ਕਬੂਤਰ ਆ ਜੀ ਬਹੁਤ ਹੀ ਚੰਗਾ ਲੌਂਗਾਂ ਵਾਲਾ ਕਬੂਤਰ ਆ ਤੇ ਉਹ ਭਰਾ ਨਾਲ ਆਪਣਾ ਜਮਾਂ ਘਰ ਵਾਲੇ ਕੰਮ ਆ ਵੀਰੇ ਸਹੀ ਹੈ ਜੀ ਇੱਥੋਂ ਇੱਕ ਲੈ ਜਾਈਏ ਜਾਂ 4 ਛੱਡ ਜਾਈਏ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਤੇ ਉਹ ਭਰਾ ਦਾ 4 ਵਜੇ ਜਿੱਤੂ ਕਬੂਤਰ ਆ ਵੀਰੇ ਅੱਛਾ ਜੀ ਹਾਂ ਤੇ ਉਹ ਤੋਂ ਪਰ ਵੀ ਇਹਦੇ ਚੰਗੀ ਤਰ੍ਹਾਂ ਦਿਖਾਓ ਸਹੀ ਹੈ ਜੀ ਪੰਜੇ ਵੀ ਦਿਖਾਓ ਜੀ ਪੰਜੇ ਇਹ ਹੈ ਜੀ ਇਹਦੇ ਪੰਜੇ ਕਬੂਤਰ ਦੇ ਆ ਜਿਹੜੇ ਵੀ ਆਪਣੇ ਡੱਬੇ ਕਬੂਤਰ ਨੇ
एक डब्बा फड़िया वीर ने, बहुत ही सनखा कबूतर डब्बी का बी। ਇਹ ਕਿੱਥੋਂ ਆਏ ਨੇ ਆਪਣੇ ਕੋਲ? ਇੱਕ ਖੱਟੀ ਕਾਲੀ ਹੈ। ਹਾਂ ਇਹਨੇ ਚਿੱਟੀ ਕਾਲੀ ਦਾ ਵੀਰੇ, ਚਿੱਟੀ ਕਾਲੀ ਆਖਦਾ ਜੀ। ਡੱਬਾ ਬਹੁਤ ਹੀ ਸੋਹਣਾ। ਇਹ ਬਈ ਅਸਲ ਕਾਕੇ ਵਾਲੇ ਕਬੂਤਰ ਨੇ। ਮੈਂ ਟਕਾ ਕੇ ਰੱਖ ਇੱਕ ਥਾਂ ਤੇ ਜਰਾ। ਸਹੀ ਹੈ ਜੀ। ਹੁਣ ਦਿਖਾਓ ਇਹਦੇ ਪਰ ਜੀ। ਆਹ ਦੇਖੋ ਪਰ, ਚਿਣੇ ਦੇ ਪਰ ਨੇ ਬਈ, ਇੱਕਦਮ ਪਰ ਤੇ ਪਰ ਚੜਿਆ ਹੋਇਆ। ਬਹੁਤ ਹੀ ਵਧੀਆ, ਸ਼ਾਨਦਾਰ, ਲਾਜਵਾਬ। ਆਪਣੇ ਕੋਲ ਪਰ ਦਿਖਾਉਣ ਦਾ ਤਰੀਕਾ ਬੜਾ ਵਧੀਆ ਆ ਜੀ। ਬਹੁਤ ਵਧੀਆ ਵੀਰ ਤਰੀਕੇ ਦੇ ਨਾਲ ਪਰ ਖੋਲ ਰਹੇ ਨੇ, ਬਹੁਤ ਅੱਛੇ। ਰੁੱਖੇ ਪੰਜੇ ਨੇ ਇਸ ਕਬੂਤਰ ਦੇ ਜ਼ਿਆਦਾਤਰ ਬਈ 75% ਸਾਡੇ ਕੋਲ ਆਹ ਬਲੱਡ ਲੈਣ। ਸਹੀ ਆ। ਇਹ ਪਰਮਜੀਤ ਰੋਮੀ ਵਾਲੇ ਦੇ ਘਰੋਂ ਬਣੀ ਸੀਗੀ ਤੇ ਬਟ ਉਹ ਤੋਂ ਮੁੱਲ ਲਿਆਂਦਾ ਸੀ ਅਸੀਂ। ਸਹੀ ਆ। ਉਹਦਾ ਕਬੂਤਰ ਚਲਿਆ ਗਿਆ ਕਿਸੇ ਪਾਸੇ। ਸਹੀ ਆ। ਉੱਥੋਂ ਮੁੱਲ ਲਿਆਂਦਾ ਸੀ ਅਸੀਂ। ਇਹਦੀ ਲੈਣ ਆ ਬਈ ਸਾਰੀ ਆਪਣੇ ਕੋਲ ਤਕਰੀਬਨ ਇਹਨਾਂ ਦੇ ਹੀ। ਸਹੀ ਆ। ਲੋਕ ਬਾਈ ਪੁੰਨੂ ਵਾਲੇ ਵੀ ਕਹਿ ਦਿੰਦੇ ਨੇ, ਉਹ ਤੇ ਜੱਸੋ ਵਾਲਾ ਕਹਿ ਦਿੰਦੇ ਨੇ। ਸਹੀ ਆ। ਇਹ ਬਾਈ ਜੱਸੋ ਵਾਲੇ ਪੁੱਤਰ। ਸਹੀ ਆ। ਖੱਟੀਆਂ ਦੇ ਆ। ਖੱਟੀਆਂ ਦੇ ਬਾਈ, ਇਹ ਵੀ ਰਣਜੀਤਗੜ੍ਹ ਤੋਂ ਹੀ ਆਇਆ ਹਰਪ੍ਰੀਤ ਭਰਾ ਦੇ ਘਰੋਂ ਤੇ ਦੋ ਵਾਜੀਆਂ ਉੱਡਿਆ ਬਾਈ। ਇਹ ਠੀਕ ਇਹ ਉਹਦੇ ਘਰ ਛੁੱਟਿਆ ਸੀ, ਉਹ ਤੋਂ ਲਿਆਈ ਬਾਈ ਪੁੱਤਰ ਆਪਾਂ। ਇੱਕ ਗੱਲ ਆਪਣੀ ਉਹਦੇ ਭਰਾ ਨਾਲ ਕੰਨੀਆਂ ਦੇ ਪਰ ਜਿਹੜੇ ਹੈਗੇ ਆ ਕਾਲੇ ਆ। ਹਾਂਜੀ। ਪੰਛੀ ਵੀ ਬਹੁਤ ਬਹੁਤ ਸੋਹਣੇ ਵੀਰ ਦੇ। ਇਹ ਜਿੰਨੇ ਵੀ ਨੇ ਜੀ ਤੁਸੀਂ ਸ਼ੌਂਕ ਕੀਤਾ ਨਰ ਨੇ ਲਗਭਗ ਸਾਰੇ ਦੇ ਸਾਰੇ। ਇਹ ਦੇਖੋ ਇੱਕ ਕਿੰਨਾ ਸੁਨੱਖਾ ਪੰਛੀ ਇਹ ਵੀ ਬੈਠਾ ਹੈ ਜੀ। ਇਹਦਾ ਪਹਿਲਾਂ ਸ਼ੌਂਕ ਰਿਹਾ ਜੇਤੂ ਪੁੱਤਰ ਇਹ ਕਿੱਦਾਂ ਦੇ ਲੱਗੇ ਨਰਵਾਈ ਦੇ ਜ਼ਰੂਰ ਦੱਸਣਾ ਅਤੇ ਮਾਦੀਆਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ। ਕਬੂਤਰੀਆਂ ਵੀ ਪੂਰੀਆਂ ਵਧੀਆ ਨੇ ਬਾਈ ਦੇ ਕੋਲ। ਮੈਂ ਕਿਹਾ ਕਿ ਹੂਟਰ ਸਿਸਟਮ ਲਗਾਉਣ ਲਈ ਆਏ ਹਾਂ, ਚੋਰੀ ਦਾ ਡਰ ਸੀ, ਹੂਟਰ ਸਿਸਟਮ ਲਗਾ ਦਿੱਤਾ ਤਾਂ ਨਾਲ ਮੈਂ ਕਿਹਾ ਹੁਣ ਸ਼ੌਂਕ ਵੀ ਕਰਾ ਦਿੰਦੇ ਹਾਂ। ਹਨੇਰਾ ਹੋ ਚੁੱਕਾ, ਲਾਈਟਾਂ ਚੱਲ ਰਹੀਆਂ ਨੇ ਅਤੇ ਲਾਈਟਾਂ ਦੇ ਵਿੱਚ ਜਿਹੜੇ ਹੈਗੇ ਆਪਾਂ ਤੁਹਾਨੂੰ ਜਿਹੜੇ ਇਹ ਕਬੂਤਰ ਦਿਖਾ ਰਹੇ ਹਾਂ ਜੀ। ਇਹ ਬਾਈ ਹੁਣਾਂ ਨੇ ਇੱਕ ਕਬੂਤਰ ਹੋਰ ਫੜਿਆ ਆ ਜੀ। ਇਹ ਬਾਈ
ਉਹੀ ਟੈਲੀ ਵਾਲੇ ਕਬੂਤਰ ਆ ਗਏ ਸਹੀ ਆ ਇਹ ਮੇਰੇ ਉਸਤਾਦ ਦੇ ਘਰੋਂ ਆਇਆ ਸੀ ਕਬੂਤਰ ਲੈਪੋ ਵਾਲਾ ਕਬੂਤਰ ਵੱਜਦਾ ਬਾਈ ਦਾ ਸਹੀ ਆ 3 ਸਾਲ ਫਰਿੱਜ ਜਿੱਤਿਆ 3 ਫਰਿੱਜਾਂ ਜਿੱਤਿਆ ਸੀ ਉਹ ਇਹ ਉਹਦਾ ਪੁੱਤ ਆ ਬਾਈ ਸਹੀ ਆ ਇਹ ਆਪਣੇ ਉਸਤਾਦ ਨੇ ਆਪਾਂ ਨੂੰ ਦਿੱਤਾ ਸੀਗਾ ਇਹਦੀ ਵੀ ਗਾਂ ਬਹੁਤ ਜ਼ਿਆਦਾ ਲਾਤ ਉੱਡੀ ਹੈ ਖਾਣਾ ਖਾਣਾ ਵੱਜਦਾ ਬਾਈ ਇਹ ਬਾਈ ਦਾ ਖਾਣਾ ਸੀਗਾ ਖੱਟੇ ਸਹੀ ਆ ਸਹੀ ਆ ਉਹ ਭੈੜੇ ਕਬੂਤਰ ਨੇ ਬਾਈ ਕਰ ਇਹ ਜੀ ਨਾਰ ਜੋ ਤੁਸੀਂ ਸ਼ੌਂਕ ਕੀਤਾ ਅਤੇ ਕਰਾਉਂਦੇ ਹਾਂ ਸ਼ੌਂਕ ਹੁਣ ਤੁਹਾਨੂੰ ਮਾਦੀਆਂ ਦਾ ਜੀ ਇਹ ਖੁੱਡਾ ਜੀ ਇਹਦੇ ਵਿੱਚ ਜਿੰਨੀਆਂ ਵੀ ਹੈਗੀਆਂ ਨੇ ਲਗਭਗ ਮਦੀਨਾ ਨੇ ਜੀ ਵਿੱਚ ਹੀ ਇਹਦੇ ਬੱਚੇ ਵੀ ਛੱਡੇ ਹੋਏ ਨੇ ਜੀ ਬਾਈ ਹੁਣਾਂ ਨੇ ਖੁੰਡੇ ਚੰਗੇ ਖੁੱਲੇ ਬਣਾਏ ਹੋਏ ਨੇ ਬਾਈ ਹੁਣਾਂ ਨੇ ਖੁੱਲਿਆਂ ਖੁੱਡਿਆਂ 'ਚ ਕਬੂਤਰ ਵੀ ਜਿੰਨੇ ਮਰਜ਼ੀ ਛੱਡ ਲਓ ਕੋਈ ਦਿੱਕਤ ਨਹੀਂ ਹੁੰਦੀ ਜਦੋਂ ਖੁੱਡੇ ਛੋਟੇ ਹੋਣ ਤਾਂ ਕਬੂਤਰ ਜਿਹੜੇ ਹੈਗੇ ਕੰਜਸਟਡ ਨੇ ਝੜਾਈਆਂ ਵੀ ਮਾਰ ਸਕਦੇ ਨੇ ਕਬੂਤਰ ਵੱਡੇ ਖੁੱਡਿਆਂ ਦੇ ਵਿੱਚ ਜੋ ਮਦੀਨ ਵੀ ਕੋਈ ਜਿੱਤੀ ਹੋਈ ਹੈ ਜੀ ਇਹ ਸਾਰੇ ਐਤਕੀ ਦੇ ਪੱਠੇ ਪੱਠੀਆਂ ਨੇ ਸਹੀ ਹੈ ਜੀ ਇਹਦੀ ਭੈਣ ਸੀਗੀ ਇਹ ਨੇ ਜੀ ਬਾਈ ਦੀਆਂ ਕਬੂਤਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਪਰ ਵੀ ਨੇ ਜੀ ਇਹਦੇ ਤੇ ਇਹ ਨੇ ਜੀ ਪੰਜੇ ਸਹੀ ਇਹ ਬੱਚੇ ਜਿੰਨੀਆਂ ਲਗਭਗ ਲਗਾ ਕੇ ਰੋਕੇ ਹਾਂ ਵੀਰੇ ਅੱਡੇ ਲਾ ਕੇ ਰੋਕੇ ਇਧਰਲੀ ਸਾਈਡ ਆਓ ਪਿਛਲੇ ਨੂੰ ਲੈਟ ਛੱਡੋ ਰਾਮਗੜ ਬਾਈ ਵੱਡੀਆਂ ਬਾਈ ਜਿੱਤਿਆ ਠੀਕ ਆ ਹਾਂ ਆਪਣੇ ਭਰਾ ਛੱਡਦਾ ਸੀਗਾ ਰਮਨ ਜਗਰਾਮ ਆਪਣਾ ਵੱਡਾ ਭਰਾ ਠੀਕ ਆ ਠੀਕ ਆ ਜੀ ਤੇ ਬਾਈ ਦੀ ਆਪਾਂ ਨੂੰ ਫੁੱਲ ਸਪੋਰਟ ਆ ਤੇ ਆਹ ਕਬੂਤਰੀ ਬਾਈ ਇਹਦੀ ਲਾਈਨ ਆ ਸਾਰੀ ਹੋ ਗਈ ਬਹੁਤ ਵਧੀਆ ਪਰ ਨੇ ਇਹਨਾਂ ਕਬੂਤਰਾਂ ਦੇ ਸਾਂਭ ਸੰਭਾਲ ਵੀ ਬਾਈ ਥੋੜ੍ਹੀ ਬਹੁਤ ਆ ਸਹੀ ਹੈ ਜੀ ਇਹ ਲਓ ਜੀ ਰੁੱਖੇ ਪੰਜਿਆਂ ਦੇ ਕਬੂਤਰ ਨੇ ਬਹੁਤ ਵਧੀਆ ਬਾਈ ਜੀ ਇਹ ਜੋ ਤੁਸੀਂ ਸ਼ੌਂਕ ਕਰ ਰਹੇ ਹੋ ਬਾਈ ਜੀ ਫਿਰ ਦੱਸ ਦਈਏ ਹੈਪੀ ਵੀਰ ਰਾਏਪੁਰ ਉਸਤਾਦ ਨੇ ਇਹਨਾਂ ਦੇ ਬਿੰਦਰ ਕਿੰਗਰਿਆਂ ਵਾਲੇ ਜੀ ਅਤੇ ਇਹ ਨੇ ਕਬੂਤਰ ਇਹ ਕਬੂਤਰੀਆਂ ਸੋਰੀ ਕਬੂਤਰਾਂ ਦਾ ਤੁਹਾਨੂੰ ਪਹਿਲਾਂ ਸ਼ੌਂਕ ਰਿਹਾ ਵਿੱਚ ਇਹਦੇ ਬੱਚੇ ਵੀ ਨੇ ਪੱਠੇ ਪੱਠੀਆਂ ਜੋ ਬਣ ਰਹੇ ਨੇ ਇਹ ਇੱਕ ਰਸਤਾ ਬੱਚਾ ਬਾਈ ਜੀ ਬਿਲਕੁਲ ਹੈ ਜਿਹੜਾ ਇਹ ਰੰਗ ਬਹੁਤ ਵਧੀਆ ਇਹਦਾ ਇਹ ਕਿਹੜੇ ਆ ਜੀ ਇਹ ਹੁੰਦਾ ਯਾਰ ਆਪਣੇ ਕੋਲ ਕਬੂਤਰ ਆਉਂਦਾ ਸੀ ਬਾਈ ਠੀਕ ਹੈ ਜੀ ਪੂਰੀ ਅੱਛਾ ਬਹੁਤ ਸੋਹਣਾ ਰੰਗ ਕੱਢਿਆ ਭਾਈ ਜਿੱਤਿਆ ਸੀਗਾ ਬਾਈ ਆਪਣਾ ਸੇਰੀ ਅੱਛਾ ਹਾਂ ਮੇਰੀ ਮਾਂ ਬੈਠੀ ਆ ਬਾਈ ਲਾਗੀ ਦਾ ਪਰਲੀ ਛੜ ਅੱਛਾ ਤੇ ਰੱਤਾ ਬੱਚਾ ਇਹਨੇ ਇਹਨੇ ਕੱਢਿਆ ਕੱਢਿਆ ਬਾਈ ਇਹ ਕੱਢ ਜਾਂਦੇ ਨੇ ਇਹਦਾ ਪਿਓ ਉਧਰ ਫਿਰਦਾ ਡੱਕਿਆਂ ਵਾਲਾ ਕਬੂਤਰ ਠੀਕ ਆ ਹਾਂ ਇਹ ਨਹੀਂ ਕੱਢਿਆ ਬਾਈ ਇਹ ਦੇਖੋ ਜੀ ਕਿੰਨਾ ਸੋਹਣਾ ਬੱਚਾ ਆ ਤੇ ਮਾਂ ਇਹਦੀ ਕਾਲੀ ਚੀਨੀ ਜੀ ਆ ਲਾਲ ਚੀਨੀ ਆ ਬਾਈ ਲਾਲ ਚੀਨੀ ਆ ਹਾਂ ਲਾਲ ਪਰ ਤਾਂ ਕਾਲੇ ਲੱਗਦੇ ਆ ਤੇ ਨਹੀਂ ਨਹੀਂ ਬਾਈ ਲਾਲ ਚੀਨੀ ਆ ਤੇ ਫੜ ਕੇ ਚੌਂਕਾ ਦਾ ਨੇਰੇ ਦੇ ਵਿੱਚ ਨਾ ਇਹਦਾ ਬਾਈ ਹਾਂ ਥੋੜਾ ਕਾਲਾ ਪਾ ਮਾਰ ਦੇ ਹਾਂ ਹਾਂ ਬਾਈ ਇਹ ਉਹ ਮੁੰਡੇ ਦੀ ਜੋੜੀ ਆ ਮੁੰਡਾ ਰਮਨ ਸੀਗਾ ਇਹਨੇ ਕੱਢਿਆ ਬਾਈ ਹਾਂ ਇੱਕ ਕਾਲੀ ਚੀਨੀ ਕਬੂਤਰ ਇਹ ਬਾਈ ਗੱਦੇ ਵਾਲੇ ਇਹ ਜਿਹੜੀ ਹਾਂ ਉਹ ਵੱਡਾ ਕਬੂਤਰ ਦੇਖਿਆ ਨਾ ਬਾਈ ਪਹਿਲਾਂ ਸਟਾਰਟਿੰਗ 'ਚ ਹਾਂਜੀ ਹਾਂਜੀ ਇਹ ਉਹਦੀ ਆ ਬਾਈ ਇਹ ਵੱਡੇ ਕਬੂਤਰ ਇਹ ਬਾਈ ਉਹਦੇ ਸਿੱਧੇ ਆਪਾਂ ਘੱਟ ਛੱਡਦੇ ਆ ਠੀਕ ਆ ਇੱਕ ਉਹ ਬੈਠੀ ਆ ਬਾਈ ਖੁੰਡੀ ਰੰਗ ਵੀ ਬਹੁਤ ਚੰਗਾ ਕੱਢਿਆ ਹੈ ਹਾਂ ਉਹ ਡੱਬੀ ਹੈ ਜਿਹੜੀ ਹਾਂ ਬਾਈ ਹਾਂ ਉਹਦੀ ਆ ਬਾਈ ਉਹ ਡੱਬੀ ਘਰੇ ਵੀ ਮਰ ਜਾਂਦੇ ਨੇ ਵੀ ਛੋਟੇ ਜਿਹੜੀ ਹਾਂ ਇਹ ਨੇੜਾ ਆ ਜਿਹੜੀ ਨਹੀਂ ਉਹ ਆ ਉਹ ਖੁੰਡੀ ਬੈਠੀ ਆ ਬਾਈ ਡੱਬੀ ਡੱਬੀ ਬਾਰੇ ਕੀ ਰਹਿਣ ਇੱਕ ਨਾਲ ਕਵਰ ਡੱਬੀ ਲੱਗੀ ਜੀ ਆਪਣੀ ਮੇਨ ਉਹ ਲਾਗ ਦੇ ਸਹੀ ਆ
ਇਹ ਕੱਢ ਦਿੱਤੀ ਹੈ ਹਾਂ ਇਹ ਆਪਣੀ ਮੇਨ ਜੋੜੀ ਆ ਬਈ ਉਹ ਸਹੀ ਹੈ ਸਹੀ ਹੈ ਪੁੱਤਰੀ ਆਪਾਂ ਐਤਕੀ ਤੋੜ ਕੇ ਲਾਤੀ ਜੋੜੀ ਬਿੱਲੀਆਂ ਦੀ ਸਹੀ ਹੈ ਸਹੀ ਹੈ ਬਹੁਤ ਵਧੀਆ ਕੱਚੀਆਂ ਪੀਲੀਆਂ ਅੱਖਾਂ ਦੀ ਕਬੂਤਰੀ ਹੈ ਇੱਕ ਕਾਲੀ ਹੈ ਜੀ ਹਾਂ ਇੱਕ ਕਾਲੀ ਹੈ ਇੱਕ ਕਾਲੀ ਹੈ ਤੇ ਇੱਕ ਕੱਚੀ ਪੀਲੀ ਹੈ ਜੀ ਇੱਕ ਕੱਚੀ ਪੀਲੀ ਸਹੀ ਹੈ ਦੇਖੋ ਜੀ ਕਬੂਤਰੀ ਇਹ ਹੈਗੀ ਕੱਚੀਆਂ ਪੀਲੀਆਂ ਦੀ ਇਹ ਵੀ ਗੁਰਦੇਵ ਵਾਲਿਆਂ ਚੋਂ ਬਹੁਤ ਚੰਗੀ ਬਈ ਇਹ ਬਈ ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਪੁੰਨੂ ਵਾਲੇ ਪੁੱਤਰ ਆਏ ਸੀ ਕੋਲ ਹਾਂਜੀ ਕੱਢੀ ਹੈ ਬਈ ਅੱਛਾ ਇਹਨਾਂ ਨੇ ਨੀਲੀ ਕੱਢਦੀ ਹੈ ਸਲਾਣੀ ਤੋਂ ਸਹੀ ਆ ਤੇ ਉਹਦੇ ਘਰੋਂ ਆਈ ਸੀਗੀ ਠੀਕ ਆ ਠੀਕ ਆ ਹਾਂ ਤੇ ਕੂਤਰ ਆਪਣਾ ਪੁੰਨੂ ਵਾਲਾ ਲੱਗਿਆ ਸੀ ਬਈ ਵਧੀਆ ਆ ਕਬੂਤਰੀ ਕਿਹੜਾ ਚੁਆ ਜਿਹੜੀ ਆ ਸ਼ਾਹ ਕੀ ਆ ਜਾ ਕੀ ਹਾਂ ਇਹ ਬਈ ਪਹਿਲੇ ਆ ਇਹ ਦੇਖੋ ਜੀ ਬਈ ਆਪਾਂ ਨੇ ਇੱਕ ਵਾਰ ਪਤਾ ਕਰਨਾ ਵੀ ਸ਼ਾਹ ਆਖੇ ਜਿਹੜੇ ਹੈਗੇ ਨਾ ਅਲੱਗ ਅਲੱਗ ਜਿਹੜੇ ਦੱਸਦੇ ਨੇ ਵੀ ਇਹ ਅਸਲ ਤਾਂ ਇੱਕ ਹੀ ਨੇ ਮਿਸਾਂ ਮੁਸਾਂ ਪਾ ਕੇ ਜਿਹੜੇ ਨਾ ਬਈ ਪਤਾ ਕੀ ਚੱਕਰ ਆ ਜਦੋਂ ਕਬੂਤਰ ਦਾ ਆਪਾਂ ਨਰ ਚੇਂਜ ਕਰਦੇ ਹਾਂ ਕਬੂਤਰੀ ਦਾ ਤਾਂ ਉਹ ਆਪਣਾ ਬਲੱਡ ਚੇਂਜ ਕਰ ਜਾਂਦੀ ਹੈ ਜੀ ਗੱਭੋ ਕਿਵੇਂ ਜੂ ਬਣਦਾ ਪਿਆ ਇਹਦੇ ਬਾਕੀ ਕਬੂਤਰਾਂ ਦੇ ਨੀਵੇਂ ਬਣਦਾ ਜਿਵੇਂ ਇਹ ਬਣ ਰਿਹਾ ਨਾ ਇਹ ਬਹੁਤ ਘੱਟ ਬਣਦਾ ਸਾਰਿਆਂ ਦੇ ਨੀ ਬਣਦਾ ਬਾਈ ਅੱਛਾ ਜੀ ਹਾਂ ਹੁਣ ਬਾਈ ਆਪਣੇ ਕੋਲ ਜਿਹਦੇ ਕੋਲੋਂ ਆਏ ਨੇ ਆਪਾਂ ਉਸ ਕਬੂਤਰ ਦਾ ਉਹ ਕਰ ਦਿੰਦੇ ਆ ਖੜਿਓ ਖੜੀਦਾ ਖੋਲਿਓ ਪਾਰੇ ਉਹਦਾ ਕੁਝ ਜ਼ਿਆਦਾ ਯੂਜ ਆ ਬਣਨ ਦਿਆ ਸੀ ਹੈ ਨਾ ਬਗਲਾਂ ਦੇ ਪਰ ਕਈਆਂ ਦੇ ਵੱਡੇ ਹੁੰਦੇ ਕਈਆਂ ਦੇ ਛੋਟੇ ਹੁੰਦੇ ਉਹਦਾ ਫਰਕ ਪੈਂਦਾ ਉਹ ਕੂਤਰੀ ਲੈ ਗਿਆ ਵੱਡੀ ਕੂਤਰੀ ਲਿਆ ਵੱਡੀ ਜਦ ਉੱਥੇ ਡੱਬੀ ਵੱਡੀ ਆਪਣਾ ਲਈ ਹੈਲੋ ਜੀ ਭਾਈ ਨੇ ਇੱਕ ਕਬੂਤਰੀ ਫੜੀ ਹੈ ਇਹ ਰਾਜਨ ਵਾਲਿਆਂ ਦੀ ਭਾਈ ਰਾਜਨ ਵਾਲਿਆਂ ਚ ਇਹ ਆਪਣੇ ਕੋਲ ਕਬੂਤਰ ਆਇਆ ਸੀਗਾ ਭਾਈ ਇਹ ਨਹੀਂ ਉਹ ਅੰਦਰਲੇ ਜਾਲ ਚ ਵੱਡੀ ਡੱਬੀ ਤਾਂ ਚੱਕੋ ਇਹਨੂੰ ਥੋੜ੍ਹੀ ਜਿਹੀ ਕਬੂਤਰੀ ਲੈਟ ਚ ਕਰੋ ਬਹੁਤ ਵਧੀਆ ਜੀ ਸੋਹਣੇ ਪਰਨੇ ਇਹਦੀ ਪੱਟੀ ਬਾਈ ਆਪਾਂ ਛੱਡੀ ਸੀ ਲੋਕਡਾਊਨ ਚ ਅੱਛਾ ਮਹਿਮੂਦਪੁਰ ਬਾਈ ਜਿੱਤੀ ਸੀ ਤੇ 3 ਵਜੇ ਬਹਿਣ ਲੱਗੀ ਸੀਗੀ ਬਾਈ ਅੱਛਾ 5 ਚ ਵੰਡ ਲਈ 57 ਕਬੂਤਰ ਛੁੱਟੇ ਸੀ ਬੜੀ ਜ਼ਿਆਦਾ ਉੱਡੀ ਸਹੀ ਆ ਤੇ ਦੂਜਾ ਕੱਪ ਜਿੱਤੇ ਹੀ ਆ ਵਧੀਆ ਬਹੁਤ ਸੋਹਣੀ ਨਸਲ ਆ ਬਾਈ ਬੜੇ ਚੰਗੇ ਨੇ ਬਾਈ ਲੋਦੇ ਆਪਾਂ ਨੂੰ ਬੜੇ ਚੰਗੇ ਗੱਲ ਕਰੀਏ ਕਬੂਤਰਾਂ ਦੀ ਅੱਜ ਕੱਲ ਬਾਈ ਹਰ ਕਿਸੇ ਕੋ ਇੱਕ ਤੋਂ ਇੱਕ ਆ ਕਿਸੇ ਕੋ ਵੀ ਮਾੜੇ ਨਹੀਂ ਹੈਗੇ ਆ ਵੀ ਆਪਣੇ ਉਸਤਾਦ ਦੇ ਘਰੋਂ ਆਈ ਆ ਬਾਈ ਇਹ ਬਲੱਡ ਲਾਈਨ ਤਾਂ ਜੰਟੇ ਕੇ ਵਾਲੀ ਆ ਅੱਛਾ ਅੱਛਾ ਆਪਣੇ ਬਾਪੂ ਜੰਟਾ ਜੀ ਠੀਕ ਉਹਨਾਂ ਵਾਲੀ ਬਲੱਡ ਲਾਈਨ ਆ ਬਾਈ ਇਹ ਪਰ ਆਪਣੇ ਉਸਤਾਦ ਦੇ ਘਰੋਂ ਆਈ ਆ ਸਹੀ ਆ ਸਹੀ ਇਹਨਾਂ ਦੇ ਭੈਣ ਭਾਈ ਅਣਗਿਣਤ ਬਾਜੀ ਜਿੱਤੇ ਨੇ ਬਾਈ ਉਸਤਾਦ ਥੱਲੇ ਉੱਪਰ ਥੱਲੇ ਵਾਲੀ ਟੋਲੀ ਆ ਅੰਦਰ ਟੋਲੀ 'ਚ ਬਈ ਆ ਅੰਦਰ ਜੋੜੀ ਨਹੀਂ ਇੱਕ ਛੱਡੀ ਟੋਲੀ 'ਚ ਉਹ 'ਚ ਬੈਠੀ ਆ ਬਾਈ ਵਧੀਆ ਬਾਈ ਇਹ ਇੱਕ ਬਾਈ ਨੇ 1000 ਵਾਲਾ ਵੀ ਫੜਿਆ ਪੰਛੀ ਜੀ ਕਬੂਤਰੀ ਹੈ ਮੇਰੇ ਕਬੂਤਰੀ ਆ ਹਾਂ ਬਾਈ 2 ਸਾਲ ਹੋ ਗਏ ਇਹਨੂੰ ਮੈਂ ਬਾਜੀ ਨਹੀਂ ਛੱਡ ਹੁੰਦਾ ਉੱਡਦੀ ਇੰਨੀ ਜ਼ਿਆਦਾ ਨਾ ਤੇ ਬਸ ਮਨ ਨਹੀਂ ਕਰਦਾ ਅੱਖਾਂ ਦਿਖਾਓ ਬਾਈ ਇਹਦੀਆਂ ਪਹਿਲਾਂ ਦਾ ਲੈ ਬਾਈ ਦੇਖੋ ਇਹ ਦੇਖੋ ਜੀ ਚਿੱਟੀਆਂ ਅੱਖਾਂ ਦੀ ਕਬੂਤਰੀ ਹੈ ਬਹੁਤ ਵਧੀਆ ਜੀ ਸਹੀ ਆ ਲੈ ਬਾਈ ਆਹ ਪੰਜੇ ਨੇ ਇਹ ਐਤਕੀ ਛੱਡਾਂਗੇ ਬਾਈ ਇਹਨੂੰ ਬਾਜੀਆਂ ਸਹੀ ਹੈ ਇਹ ਵੀ ਇਹਦਾ ਪਿਓ ਵੀ ਬਾਈ ਰਣੀ ਕਿੰਨੀ ਕਾ ਡਾਰ ਕਰਦੀ ਹੈ ਜੀ ਇਹ ਬਾਈ ਬਾਜੀ ਨਿਬੇੜ ਦਿੰਦੀ ਸੀ ਘਰੇ ਯਾਰ ਅੱਛਾ ਹਾਂ ਸਹੀ ਹੈ ਕਈ ਵਾਰ ਬਾਜੀਆਂ ਮੁੜ ਕੇ ਆ ਕੇ ਲਾਈਆ ਕਰੇ ਤੇ ਬਾਈ ਆ ਮੀਨ ਠੀਕ ਆਪਣੀ ਇਹਦੀ ਬਲੱਡ ਲੈਣਾ ਇਹ ਡੱਬੀ ਕੂਤਰੀ ਆ ਆਪਣੀ ਪਹਿਲਾਂ ਤਾਂ ਇਹ ਬਾਈ ਜੱਸੋ ਮਾਜਰੀ ਬਾਈ ਜਿੱਤੀ ਸੀਗੀ ਇਹ ਕਿਹੜਿਆਂ ਚੋਂ ਇਹ ਬਾਈ ਕਾਕੇ ਦੇ ਕੂਤਰਾਂ ਦਾ ਹਾਂ ਆ ਉੱਪਰ ਦਾਗ ਕੱਢੇ ਹੋਏ ਆ ਇਹਨੇ ਇਹਦੇ ਨੇ ਬਾਈ ਉਹ ਜਿੰਨੇ ਡੱਬੇ ਡੁੱਬੇ ਨੇ ਸਾਰੇ ਸਹੀ ਆ ਵਧੀਆ ਹੈ ਜੀ ਬਹੁਤ ਵਧੀਆ ਬਾਈ ਜੀ ਬਹੁਤ ਡੇਰੀ ਹੋਈ ਆ ਡੱਬੀ
गर्मी हक वाले चंगे ने कुत्ते सही गल ਇਹ ਦੂਸਰਾਂ 'ਚ ਵੀ ਬਾਹਲੇ ਚੰਗੇ ਆ ਬਈ ਇਹ ਢਾਂਗੀ 'ਤੇ ਆ ਜਾਂਦੇ ਹਾਂ ਬਾਈ ਸਿਆਣੇ ਬਹੁਤ ਨੇ ਸਿਆਣੇ ਬਹੁਤ ਨੇ ਸਹੀ ਆ ਬਾਈ ਜੀ ਇਹ ਉਹਦੀ ਆ ਬਾਈ ਆਪਣੀ ਡੱਬੀ ਇਹ ਬਾਈ ਜੀ ਹੈਪੀ ਵੀਰ ਦੇ ਜਿਹੜੇ ਤੁਸੀਂ ਕਬੂਤਰਾਂ ਦਾ ਸ਼ੌਂਕ ਕੀਤਾ ਪਹਿਲਾਂ ਨਰ ਦਿਖਾਏ ਸੀ ਹੁਣ ਤੁਸੀਂ ਦੇਖੀਆਂ ਕਬੂਤਰੀਆਂ ਅਤੇ ਸ਼ੌਂਕ ਕਿੱਦਾਂ ਦਾ ਲੱਗਾ ਵੀਰ ਦਾ ਜ਼ਰੂਰ ਦੱਸਣਾ ਜੀ ਇਹ ਨੇ ਹੈਪੀ ਵੀਰ ਰਾਜਪੁਰ ਵਾਲੇ ਦੇ ਕਬੂਤਰ ਵੀਰ ਨੇ ਬਹੁਤ ਮਿਹਨਤ ਦੇ ਨਾਲ ਜਿਹੜੇ ਹੈਗੇ ਕਬੂਤਰ ਤਿਆਰ ਕੀਤੇ ਨੇ ਬਹੁਤ ਵਧੀਆ ਵਧੀਆ ਨਸਲਾਂ ਨੇ ਜਿਹਨਾਂ ਦਾ ਤੁਸੀਂ ਸ਼ੌਂਕ ਕਰ ਰਹੇ ਹੋ ਅਤੇ ਇੱਕ ਬੇਨਤੀ ਆ ਕਿ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਜਿਹੜੀ ਹੈਗੀ ਆ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜਿੱਥੇ ਵੀ ਜਾਵਾਂਗੇ ਬਾਈ ਜੀ ਤੁਹਾਨੂੰ ਸ਼ੌਂਕ ਕਰਾਉਂਦੇ ਰਹਾਂਗੇ ਆਪਣਾ ਮੋਬਾਈਲ ਨੰਬਰ 98883609910 9888306910 ਐ ਜੀ ਬਾਈ ਹੁਣਾਂ ਨੇ ਇੱਕ ਫੜੀ ਆ ਰਾਤੀ ਇਹਦੀ ਭੈਣ ਦਾ ਬਾਈ ਉਹ ਜਿਹੜਾ ਤਿੰਨ ਚਾਰ ਬਾਜੀ ਜਿੱਤੇ ਆ ਅੱਛਾ ਅੱਛਾ ਹਾਂ ਇਹ ਆਪਣੇ ਰੱਤੇ ਕਬੂਤਰ ਵੱਜਦੇ ਨੇ ਸਹੀ ਹੈ ਜੀ ਇਹਦਾ ਭਾਈ ਪਹਿਲਾਂ ਲੱਖੇ ਵਾਲੇ ਜਿੱਤੇ ਬਈ ਨਾਲੇ ਪਿੰਡਾਂ ਛੋਟੇ ਛੋਟੇ ਪਿੰਡਾਂ ਤੋਂ ਸਹੀ ਹੈ ਜਾਂਦੇ ਨਹੀਂ ਇਹ ਕਬੂਤਰ ਬਾਈ ਨਾ ਹਾਂ ਇਹਨਾਂ ਦੇ ਪਾਰ ਪੈਂਦੇ ਨੇ ਬਹੁਤ ਵਧੀਆ ਜੀ ਇਹਦਾ ਪਿਓ ਵੀ ਆਪਾਂ ਬਾਈ ਮੁੱਲ ਲਿਆ ਸੀਗਾ ਕਬੂਤਰ ਸਹੀ ਹੈ ਬਹੁਤ ਵਧੀਆ ਜੀ ਬਾਕੀ ਵੀਰ ਜੀ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਅਤੇ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।